मुर्दाबाद मुर्दाबाद। बड़ी कैंडिडेट टिकट लेके सीट फिरोजपुर से हरान फिर ताजी फिर दोबारा पिंकी आवे और उ जो दूजिया पार्टियां मार रही पुराना हेल्थ केयर एडमिनिस्ट्रेटर एंड हॉस्पिटल एडमिनिस्ट्रेटर एंड चीफ फार्मेसी अफसर रिटायर्ड और आई एम द फाउंडर मैं फाउंडर प्रेसिडेंट ऑफ फिरोजपुर फर्स्ट फादर का फिरोजपुर का प्रधान हाँ जॉइंट जॉइंट सैकटरी पंजाब रहा एक्स जॉइंट सैकटरी पंजाब विरोध इस करके आ इतने लॉबी चल रही है चंद बंदे पैसे ला के अगे ते चंद बंदियां ने एक ग्रुप बनाया आ जिहड़े आम बंदे सी अतेश कुमार शर्मा असी सड़कां ते रुल के लेवियां दा इश्तिहार लाए आ सानू उंदे पीए नूं नहीं मिलन दित्ता गया मतलब गरीब दी सुनवाई नहीं तुहाडे कहिंदे हां हां आम आदमी दी नहीं है और जे साडी सरकार आई ते की बणेगा की बणेगा अच्छा ओ पिंकी ओहो ही काम होएगा कांग्रेस वाला ओहो होएगा जे अकालियां वाला तां फिर असी लड़ांगे धरने भी देंगे इस पार्टी दे अगेंस्ट भी देंगे असी भगत सिंह दे साथियों दी संभाल ते ਉਹਦੀ ਧਰਤੀ ਦੇ ਜੰਮੇ ਇੱਕ ਸੀਨੇ ਨਾਲ ਵੀ ਜਿਹੜੀ ਇਹਨਾਂ ਨੂੰ ਅਵਾਇਡ ਕੀਤਾ ਗਿਆ ਇਹ ਰਾਣਾ ਜੀ ਮੈਂ ਸਾਰੇ ਸੀਨੇ ਨਾਲ ਨਹੀਂ ਔਰ ਅਸੀਂ ਦਾਅਵਾ ਕਰਦੇ ਹਾਂ ਜੇ ਟਿਕਟ ਮਿਲਦੀ ਤੇ ਟਿਕਟ ਇੱਥੇ ਹਾਰ ਨਹੀਂ ਸਕਦੀ ਫਿਰੋਜ਼ਪੁਰ ਸ਼ਹਿਰ ਦੀ ਜਦਕਿ ਹੁਣ ਕੋਈ ਉਮੀਦ ਕੋ ਨਹੀਂ ਗੀ ਵੀ ਟਿਕਟ ਜਿੱਤੇ ਕੇ ਹਾਰੇ ਜਿਹੜੇ ਆਸ਼ੂ ਬਾਂਗੜ ਜੀ ਨੇ ਇਹ ਫਿਰੋਜ਼ਪੁਰ ਆ ਕੇ ਇਹ ਫਿਰੋਜ਼ਪੁਰ ਵਿੱਚ ਆ ਕੇ ਆਪਣਾ ਡਾਕਟਰੀ ਇਲਾਜ ਤਾਂ ਵਧੀਆ ਤਰੀਕੇ ਨਾਲ ਕਰ ਸਕਦੇ ਆ ਪਰ ਇਹ ਰਾਜਨੀਤੀ ਵਿੱਚ ਇਹ ਬਿਲਕੁਲ ਧੱਕਾ ਆ ਇਹਨਾਂ ਨੂੰ ਨਾ ਰਾਜਨੀਤੀ ਬਾਰੇ ਪਤਾ ਨਾ ਇਹ ਬਕਾਇਦਾ ਪਿੰਡਾਂ ਵਿੱਚ ਇਹਨਾਂ ਨੂੰ ਪਤਾ ਕੁਛ ਕਿ ਕਿਹੜੇ ਪਿੰਡ ਦਾ ਕੌਣ ਸਰਪੰਚ ਹੈ ਕੌਣ ਸਾਬਕਾ ਸਰਪੰਚ ਹੈ ਕੌਣ ਨੰਬਰਦਾਰ ਹੈ ਕੌਣ ਕੌਣ ਇਹਨੂੰ ਕੁਛ ਨਹੀਂ ਦਿਆਤੀ ਬਾਰੇ ਪਤਾ ਜੀ ਤੁਹਾਡੇ ਨਾਲ ਇੰਟਰੈਕਸ਼ਨ ਨਹੀਂ ਹੋਈ ਡਿਪਟੀ ਸੀਐਮ ਦੀ ਨਹੀਂ ਜੀ ਨਹੀਂ ਉਹਨਾਂ ਨੇ ਇੱਥੋਂ ਦਾ ਗੱਡੀ ਚੜਾਉਣ ਦੇ ਕੇ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਡਰਾਈਵਰ ਨੇ ਜਿਹੜਾ ਕਿ ਆਸ਼ੂ ਬਾਂਗੜ ਦਾ ਡਰਾਈਵਰ ਸੀਗਾ ਕੀ ਨਾਮ ਆਪਕਾ ਮੇਰਾ ਨਾਮ ਜਤਿੰਦਰ ਸਿੰਘ ਜੀ ਨਹੀਂ ਆਸ਼ੂ ਬਾਂਗੜ ਦਾ ਤੁਸੀਂ ਵਿਰੋਧ ਇਸ ਕਰਕੇ ਕਰ ਰਹੇ ਹੋ ਕਿ ਉਹ ਇੱਕ ਦੂਜੇ ਡਿਸਟ੍ਰਿਕਟ ਤੋਂ ਨੇ ਹਾਂਜੀ ਹਾਂਜੀ ਤੁਸੀਂ ਚਾਹੁੰਦੇ ਹੋ ਕਿ ਫਿਰੋਜ਼ਪੁਰ ਦੀ ਸੀਟ ਤੋਂ ਹਾਂਜੀ ਹਾਂਜੀ ਸਾਡੇ ਇੱਥੇ ਹਲਕੇ ਦਾ ਲੋਕਲ ਸਾਡਾ ਲੋਕਲ ਬੰਦਾ ਸਾਨੂੰ ਦਿੱਤਾ ਜਾਵੇ ਜਿਹੜਾ ਸਾਡੀ ਕੋਈ ਗੱਲਬਾਤ ਸੁਣ ਸਕੇ ਪਾਰਟੀ ਦਾ ਨਹੀਂ ਵਿਰੋਧ ਕਰਦੇ ਅਸੀਂ ਕੈਂਡੀਡੇਟ ਦੇ ਪਾਰਟੀ ਦੇ ਬਰਖਲਾਫ ਨਹੀਂ ਅਸੀਂ ਤਾਂ ਮਨੀਸ਼ ਸੋਧੀਆ ਜੀ ਤੋਂ ਆਪਣਾ ਟਾਈਮ ਸਿਰਫ 2 ਮਿੰਟ ਮੀਟਿੰਗ ਕਰਨਾ ਚਾਹੁੰਦੇ ਸੀ ਸਾਰੇ ਬਲਾਕ ਪ੍ਰਧਾਨ ਇੱਥੇ ਜਿਹੜੇ ਜੇ ਤੁਹਾਨੂੰ 2 ਮਿੰਟ ਨਹੀਂ ਮਿਲ ਸਕੇ ਤਾਂ ਪਾਰਟੀ ਤੁਹਾਡੇ ਵਾਸਤੇ ਕੀ ਕਰੇਗੀ ਫਿਰ ਅੱਗੇ ਆ ਕੇ ਪਾਰਟੀ ਹੁਣ ਦੇਖੋ ਕਿ ਪਾਰਟੀ ਦਾ ਕੋਈ ਪਾਰਟੀ ਕੁਝ ਨਹੀਂ ਕਰ ਸਕਦੀ ਪਾਰਟੀ ਦਾ ਜਿਹੜਾ ਸਰ ਜਿਹੜੇ ਬੰਦਾ ਲੋਕਲ ਹੈਗਾ ਲੋਕਲ ਬੰਦਾ ਹੈ ਉਹਨੂੰ ਟਿਕਟ ਦੇਣੀ ਚਾਹੀਦੀ ਹੈ ਕਿਉਂਕਿ ਉੱਥੇ ਜੰਮਿਆ ਉੱਥੇ ਪੈਦਾ ਹੋਇਆ ਉੱਥੇ ਨੌਕਰੀ ਕੀਤੀ ਹਾਂਜੀ ਇਹ ਬਾਹਰੋਂ ਬੰਦੇ ਆ ਰਹੇ ਨੇ ਜਿਹੜਾ ਕਿ ਆਪਣੀ ਮਾਂ ਬਾਪ ਦੀ ਪਾਰਟੀ ਨੂੰ ਇਹ ਢਾਹ ਲਾਣਗੇ ਉਹ ਰਾਤੀ ਵੀ ਇਹਦੇ ਮੋਬਾਈਲ 'ਚ ਆਇਆ ਵੀ 47 ਤੋਂ 54 ਸੀਟਾਂ ਆਣਗੀਆਂ ਜੇ ਉਹੋ ਜਿਹੇ ਬੰਦਿਆਂ ਨੂੰ ਟਿਕਟਾਂ ਮਿਲੀਆਂ ਤੇ ਫਿਰੋਜ਼ਪੁਰ ਸ਼ਹਿਰ ਉਹ 24 ਤੋਂ ਢਾਹ ਲਗਣਗੀਆਂ ਦੋ ਮਿੰਟ ਠਹਿਰੋ ਜੀ ਮੇਰੇ ਨਾਲ ਦੇ ਸਾਥੀ ਆ ਜਾਣ ਫਿਰ ਮੈਂ ਗੱਲ ਕਰਦਾ ਜੀ ਮੇਰਾ ਨਿਰਵੈਰ ਸਿੰਘ ਸਿੰਧੀ ਹੈ ਜੀ ਨਾਮ ਮੁਸ਼ਕਲ ਅਸੀਂ ਟਾਈਮ ਮੰਗਿਆ ਜੀ ਸਰ ਤੋਂ ਬਸ ਮਿਲਣ ਵਾਸਤੇ ਡਿਪਟੀ ਸੀਐਮ ਸ਼ੋਧੇ ਜੀ ਇੱਥੇ ਆਏ ਹੋਏ ਨੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਤੇ ਮੈਂ ਉਹਨਾਂ ਨੂੰ ਜਿਹੜਾ ਆਪਦਾ ਮੰਗ ਪੱਤਰ ਦੇਣਾ ਅਸੀਂ ਘੱਟੋ ਘੱਟ 3 ਬਲਾਕ ਦੇ ਜਿਹੜੇ ਇੰਚਾਰਜ ਨੇ ਤੇ 3 ਬਲਾਕ ਦੇ ਸਰਕਲ ਪ੍ਰਧਾਨ ਨੇ ਜਿਹੜੇ ਆਸ਼ੂ ਬਾਂਗੜ ਦਾ ਵਿਰੋਧ ਦੇ ਵਿੱਚ ਹਾਂ ਅਸੀਂ ਤੇ ਸਾਨੂੰ ਹਲਕੇ ਤੋਂ ਬਾਹਰ ਦਾ ਕੈਂਡੀਡੇਟ ਨਹੀਂ ਚਾਹੀਦਾ ਅਸੀਂ ਇਹ ਰਿਕੁਐਸਟ ਵਾਸਤੇ ਜਿਹੜਾ ਇਹਨਾਂ ਨੂੰ ਮਿਲੇ ਹਾਂ ਮਿਲਣਾ ਵਾ ਤੇ ਮਿਲਣ ਵਾਸਤੇ ਟਾਈਮ ਨਹੀਂ ਮਿਲ ਰਿਹਾ ਆਸ਼ੂ ਬਾਂਗੜ ਦਾ ਕਿਹੜੀ ਗੱਲ ਕੀ ਹੁੰਦਾ ਜੀ ਬਾਹਰ ਦਾ ਹੈ ਜੀ ਬੰਦਾ ਹਲਕੇ ਤੋਂ ਬਾਹਰ ਦਾ ਹੈ ਜੀ ਬੰਦਾ ਤੁਹਾਡੇ ਕੋ ਕੀ ਹੁੰਦਾ ਜੀ ਮੇਰੇ ਕੋਲੇ ਆਉਂਦਾ ਜੀ ਮੈਂ ਡਿਸਟ੍ਰਿਕਟ ਮੀਡੀਆ ਇੰਚਾਰਜ ਹਾਂ ਜੀ ਆਮਨ ਪਾਰਟੀ ਹਾਂਜੀ ਆਮਨ ਕਿੰਨੇ ਸਾਲ ਹੋ ਗਏ ਤੁਹਾਨੂੰ ਪਾਰਟੀ 'ਚ ਮੈਨੂੰ ਜੀ ਮੈਂ 2013 ਤੋਂ 14 ਤੋਂ ਕੰਮ ਕਰਦਾ ਪਿਆ ਜੀ ਪਾਰਟੀ 'ਚ ਤੁਹਾਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਪਤਾ ਨਹੀਂ ਜੀ ਇਹ ਤਾਂ ਇਹਨਾਂ ਨੂੰ ਪਤਾ ਤੁਹਾਡੀ ਵੀ ਮੰਗ ਹੋਈ ਹੈ ਮੇਰੀ ਮੰਗ ਹੈ ਜੀ ਮੇਰੀ ਨਹੀਂ ਘੱਟੋ ਘੱਟ 40 ਪਿੰਡਾਂ ਦੇ ਬੰਦੇ ਨੇ ਜਿਹੜੇ ਉਹਨਾਂ ਦੀ ਮੰਗ ਹੈ ਕਿ ਇਹ ਸਾਨੂੰ ਆਸ਼ੂ ਬਾਂਗੜ ਜਿਹੜਾ ਨਹੀਂ ਚਾਹੀਦਾ ਜੀ ਕੋਈ ਵਿਰੋਧ ਨਹੀਂ ਹੈਗਾ ਜੀ ਇਹਦੇ 'ਚ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਵੀ ਜਿਹੜੇ ਸਿਆਸੀ ਲੋਕ ਆ ਉਹ ਉਸ ਵਿਰੋਧ ਨੂੰ ਹੋਣ ਨਹੀਂ ਦਿੰਦੇ ਠੀਕ ਹੈ ਜੀ ਟਿਕਟਾਂ ਸਭ ਮੰਗ ਰਹੇ ਸੀਗੇ ਔਰ ਬੜੇ ਸਾਥੀਆਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਲੱਗਦਾ ਅਜੇ ਕੋਈ ਅਨਾਊਂਸਮੈਂਟ ਥੋੜ੍ਹੀ ਹੋਈ ਆ ਇਹ ਉਹਨਾਂ ਦੇ ਮਨ ਦਾ ਵਹਿਮ ਆ ਪਾਰਟੀ ਨੇ ਜੇ ਸਾਰਾ ਕੁਝ ਡਿਸਾਈਡ ਕਰਨਾ ਹੈ
देखो जी विरोध तो हर इंसान का है, अज कैप्टन अमरिंदर का भी हो रहा है, सिद्धू का भी हो रहा है ना, कि ना कि हर लीडर का होंगे जी। अज सिर्फ व्यापारियों को मिलने का प्रोग्राम से, बड़ा बड़ा सर बड़ा बड़ा क्लीयर गल की कि सिर्फ व्यापारियों को मिलना, संगठन को नहीं मिलना। साडे जिला प्रधान जी भी नहीं आए, क्योंकि संगठन का प्रोग्राम सिर्फ इन्ना सी कि असी व्यापारियों को मिलाना सी श्री मनीष सिसोदिया जी नाल। इंटरेक्शन नहीं सी, बिल्कुल नहीं सी, बिल्कुल नहीं सी, और बिल्कुल पॉलिटिकल मीटिंग नहीं सी। देखो जी दो गल्लां है, जेड़ा कोई भी विरोध है जे जिहड़ी सच्चाई आ, लोग सच्चाई नूं प्यार करते, इमानदारी नूं प्यार करते, और एक पुराने इतिहास नूं प्यार करते। अरविंद केजरीवाल जी एक एडे साफ सुथरे और एडे सुलझे हुए इंसान ने, जो करनगे मेरे हिसाब नाल उस उंदे विच कोई गलती नहीं होएगी। रणबीर जी, जे कोई दूसरे डिस्ट्रिक्ट दा बंदा इंटरफेरेंस करे तुहाडे डिस्ट्रिक्ट च, तुसीं फिर की करोगे जे तुहाडी सीट ते अगर एवें हुंदा? देखो जी, जदों असीं अपना घर छड्डांगे तां कोई साडे घर बैठेगा, जे असीं इह संभया हुंदा ਤਾਂ ਅੱਜ ਦਿੱਕਤਾਂ ਨਾ ਆਉਂਦੀਆਂ। ਤੁਸੀਂ ਮੰਨਦੇ ਹੋ ਤੁਹਾਡੇ ਆਮ ਆਦਮੀ ਦੇ ਜਿਹੜੇ ਬੰਦੇ ਨੇ ਉਹਨਾਂ ਵਰਕ ਨਹੀਂ ਕੀਤਾ ਫੀਲਡ ਦੇ? ਸਰ ਵਰਕ ਬਹੁਤ ਕੀਤਾ ਜੀ, ਮੈਂ ਸਮਝਦਾ ਵੀ ਸਾਰੇ ਪੰਜਾਬ 'ਚ ਇਹਨਾਂ ਨੇ ਵਰਕ ਸੰਭਾਲਿਆ। ਸਾਡੇ ਬੰਦਿਆਂ ਨੇ ਜਾ ਕੇ ਸਾਹਨੇ ਵਾਲੇ, ਪਟਿਆਲੇ, ਗੁਰਦਾਸਪੁਰ, ਬਟਾਲੇ ਜਾ ਕੇ ਪਾਰਟੀ ਦਾ ਕੰਮ ਕੀਤਾ। ਕਿਉਂ ਨਹੀਂ ਕੰਮ ਕੀਤਾ? ਕੰਮ ਕੀਤਾ ਹੈ, ਹਰੇਕ ਵਲੰਟੀਅਰ ਨੇ ਕੰਮ ਕੀਤਾ ਹੈ, ਔਰ ਵਲੰਟੀਅਰਸ ਨੇ ਹੀ ਇਹ ਪਾਰਟੀ ਖੜੀ ਕੀਤੀ ਹੈ। ਜਿਹੜਾ ਵਿਰੋਧ ਹੋ ਰਿਹਾ ਉਹ ਕਹਿੰਦੇ ਆ ਕਿ ਜਿਹੜਾ ਪਾਰਟੀ ਇੱਕ ਦੂਸਰੇ ਡਿਸਟ੍ਰਿਕਟ ਤੋਂ ਇੱਕ ਬੰਦੇ ਨੂੰ ਲਿਆ ਕੇ ਇੱਥੇ ਲਾ ਰਹੀ ਹੈ, ਕੋਈ ਵਿਰੋਧ ਹੈ ਜੀ? ਦੇਖੋ ਜੀ, ਇਹ ਮੈਂ ਇਸ ਗੱਲ 'ਚ ਨਹੀਂ ਪਾਊਂਗਾ। ਮੈਂ ਤਾਂ ਇੱਕੋ ਗੱਲ ਕਰਦਾ ਵੀ ਮੇਰੇ ਨਾਲ ਵੀ ਬੜੇ ਬੰਦਿਆਂ ਨੂੰ ਗਿਲੇ ਸ਼ਿਕਵੇ ਆ, ਰਾਈਟ ਵੇ ਤਾਂ ਗਿਲੇ ਸ਼ਿਕਵੇ ਹਰੇਕ ਪਾਰਟੀ 'ਚ ਹੁੰਦੇ ਆ, ਔਰ ਦੂਰ ਕਰ ਦਿੱਤੇ ਜਾਣਗੇ। ਜੇ ਤੁਹਾਡੇ ਡਿਸਟ੍ਰਿਕਟ 'ਚ ਇੰਟਰਫੇਰੈਂਸ ਹੁੰਦੀ ਤੁਸੀਂ ਮੰਨ ਲਓਗੇ? ਮੈਂ ਕਹਿੰਦਾ ਜੀ, ਮੇਰੀ ਜਗ੍ਹਾ 'ਤੇ ਆ ਕੇ ਸ਼੍ਰੀ ਭਗਵੰਤ ਮਾਨ ਜੀ ਨੇ ਇਲੈਕਸ਼ਨ ਲੜਨਾ, ਫਿਰੋਜ਼ਪੁਰੋਂ ਲੜਨ। ਮੇਰੀ ਜਗ੍ਹਾ 'ਤੇ ਕੋਈ ਵੀ ਬਾਹਰਲਾ ਜਿਹੜਾ ਲੀਡਰ ਆ ਜਿਹੜਾ ਸਾਨੂੰ ਇਹ ਜਿੱਤ ਦਵਾ ਸਕਦਾ। ਤੁਸੀਂ ਪਾਰਟੀ ਲਈ ਸਮਰਪਿਤ? ਬਿਲਕੁਲ ਬਿਲਕੁਲ, ਸਭ ਤੋਂ ਪਹਿਲਾਂ ਪਾਰਟੀ ਆ ਅਰਵਿੰਦ ਕੇਜਰੀਵਾਲ ਜੀ ਨੇ। ਸੋ ਸਾਡਾ ਅਸਤਿਤਵ ਕੀ ਹੈ? ਸਾਨੂੰ ਲੋਕ ਕਾਹਦੇ ਨਾਲ ਜਾਣਦੇ ਆ? ਵੀ ਇਹ ਕੇਜਰੀਵਾਲ ਦੇ। व्यापारी बहुत दुखी हैं, सारे व्यापारी मानते हैं कि पंजाब की कांग्रेस सरकार ने उनके साथ केवल छल किया और पिछले 5 साल में व्यापारियों को कुछ नहीं दिया। डिस्कस करके उसके द्वारा सुझाए गए समाधान के आधार पर व्यापारियों के लिए, उद्योगपतियों के लिए राजनीति चलेगी। पंजाब एक एग्रेनियन स्टेट है और एग्रेनियन इकोनॉमी पर डिपेंड करती है, तो किसके लिए आपने माइंड मैप प्लान किया है, किस तरह के प्लान है आम आदमी? पंजाब के लोगों के पास में पंजाब का पूरा प्लान है, आम आदमी पार्टी उनके साथ डिस्कस करके करेगी। आज मैं ये भी कहना चाहता हूँ कि मैंने पंजाब के शिक्षा मंत्री जी से कहा था कि दिल्ली और पंजाब के शिक्षा मॉडल पर खुली बहस होनी चाहिए, वो भी अपने कुछ स्कूलों की लिस्ट दे दें और हम भी अपने स्कूलों में लेके चलते हैं। वो दिल्ली के स्कूल देखें, मैं उनको दिखाऊंगा, वो मुझे पंजाब के स्कूल दिखाएं जहां पे उनकी सरकार ने 5 साल में काम किया, हमें भी 5 साल मिले, उनको भी 5 साल मिले, और मिलके अब स्कूलों की राजनीति करें, स्कूलों पर राजनीति करें। लेकिन उनका कोई जवाब नहीं आया। मैंने उनको 250 स्कूलों की लिस्ट दे दी। मैंने कल मुख्यमंत्री जी को भी रिक्वेस्ट किया कि अगर शिक्षा मंत्री जी नहीं दे रहे हैं तो आप दे दें, ऐसी लिस्ट दे दें जिस पे आपकी सरकार ने पिछले 5 सालों में कोई सुधार किया हो, उन्होंने नहीं किया। तो आने वाले समय में हम पंजाब के स्कूलों में भी जाएंगे। सर दिल्ली, सर यहाँ पे एक वर्क जोन एरिया था जहाँ पे एक बहुत जरूरी है खबर, ये फर्जी आगू ने फर्जी आंकड़े जड़े पेश किए हैं। किस चीज ने? शिक्षा मंत्री सर यस्टरडे एक एक्सीडेंट, शिक्षा मंत्री प्रकट सिंह ने किया है कि जो आंकड़े पेश किए गए हैं वो एक फर्जी आगू ने फर्जी आंकड़े। तो 250 स्कूल तो बताएं कहाँ हैं? 250 स्कूल तो सर पंजाब गवर्नमेंट की।